ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਆ ਸਭ ਦੇ? ਹੋਪ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ। ਅਸੀਂ ਕਈ ਦਿਨਾਂ ਤੋਂ ਸੋਚ ਰਹੇ ਸੀਗੇ ਵਲੌਗ ਬਣਾਉਣ ਬਾਰੇ, ਤੇ ਕਿਉਂਕਿ ਸਾਨੂੰ ਨਾ ਇੰਸਟਾ ਦੇ ਉੱਤੇ, ਫੇਸਬੁੱਕ ਦੇ ਉੱਤੇ, ਤੇ ਜਦੋਂ ਦੇ ਹੁਣ ਆਪਾਂ ਵਲੌਗ ਪਾਉਣੇ ਸਟਾਰਟ ਕਰ ਰਹੇ ਹਾਂ ਯੂਟਿਊਬ ਦੇ ਉੱਤੇ ਵੀ, ਅਸੀਂ ਜਦੋਂ ਲਾਈਵ ਵੀ ਹੋ ਜਾਂਦੇ ਕਈ ਵਾਰ ਲਾਈਵ ਹੁੰਦੇ ਆ, ਲੋਕਾਂ ਦੇ ਮਤਲਬ ਕਿ ਆਉਂਦੇ ਆ ਮੈਸੇਜ ਵਗੈਰਾ ਤੇ ਕਮੈਂਟ ਵਗੈਰਾ, ਸਾਨੂੰ ਪੁੱਛਦੇ ਰਹਿੰਦੇ ਨੇ ਕਿ ਵੀ ਸਵਾਲ ਤੇ ਸਾਥੋਂ ਸਾਰਿਆਂ ਦੇ ਇਕੱਲੇ ਇਕੱਲੇ ਦਾ ਜਵਾਬ ਨਹੀਂ ਦਿੱਤਾ ਜਾਂਦਾ ਵੀ, ਤਾਂ ਕਰਕੇ ਸਾਨੂੰ ਰਿਪਲਾਈ ਕਰਨਾ ਵੀ ਔਖਾ ਹੋ ਜਾਂਦਾ ਕਿਉਂਕਿ ਬਹੁਤ ਜ਼ਿਆਦਾ ਹੁੰਦੇ ਨੇ ਮੈਸੇਜ ਵਗੈਰਾ ਤੇ ਕਮੈਂਟ ਵਗੈਰਾ। ਹਾਂ, ਤਾਂ ਕਰਕੇ ਸਾਨੂੰ ਇਹ ਲੱਗਿਆ ਵੀ ਆਪਾਂ ਅੱਜ ਇੱਕ ਅਲੱਗ ਹੀ ਵਲੌਗ ਬਣਾਈ ਜਿਹਦੇ ਵਿੱਚ ਤੁਹਾਡੇ ਜਿੰਨੇ ਵੀ ਹੁਣ ਤੱਕ ਸਵਾਲ ਪੁੱਛੇ ਹੋਏ ਨੇ, ਮਤਲਬ ਸਾਰੇ ਨਹੀਂ, ਜਿਹੜੇ ਮਤਲਬ ਕਾਮਨ ਜੇ ਕੁਐਸਚਨ ਆਨਸਰ ਨੇ, ਸਾਰਿਆਂ ਦੇ ਕੁਐਸਚਨ ਨੇਗੇ, ਆਪਾਂ ਉਹਨਾਂ ਦੇ ਬਾਰੇ ਵੀ, ਸਾਡੇ ਬਾਰੇ ਨੇ ਕੁਛ, ਹੈ ਨਾ, ਵੀ ਅਸੀਂ ਆਪਦੇ ਬਾਰੇ ਤੁਹਾਨੂੰ ਸਾਰਾ ਕੁਛ ਦੱਸੀਏ, ਉਹ ਮਤਲਬ ਸਵਾਲ ਮੈਂ ਨੋਟ ਕੀਤੇ ਹੋਏ ਨੇ ਤੇ ਆਪਾਂ ਉਹਨਾਂ ਸਾਰਿਆਂ ਦੇ ਜਵਾਬ ਅੱਜ ਤੁਹਾਨੂੰ ਦੇਵਾਂਗੇ। ਹਾਂਜੀ, ਚਲੋ ਆਪਾਂ ਸਟਾਰਟ ਕਰਦੇ ਹਾਂ। ਤੇ ਪਹਿਲਾਂ ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਜ਼ਿਆਦਾ ਸਾਨੂੰ ਪੁੱਛਿਆ ਜਾਂਦਾ ਹੈਗਾ ਤੇ ਹਰ ਇੱਕ ਵੀਡੀਓ ਦੇ ਵਿੱਚ ਕਮੈਂਟ ਦੇ ਵਿੱਚ ਵੀ ਸਾਨੂੰ ਪੁੱਛਿਆ ਜਾਂਦਾ ਹੈਗਾ ਵੀ ਤੁਸੀਂ ਕਿੱਥੋਂ ਬਿਲੋਂਗ ਕਰਦੇ ਹੋ। ਇਹ ਅਸੀਂ ਪਹਿਲਾਂ ਵੀ ਬਹੁਤ ਵਾਰ ਦੱਸਿਆ ਤਾਂ ਹੈਗਾ ਗਾ, ਪਰ ਜਿਹੜੀ ਗੱਲ ਆ ਵੀ ਚਲੋ ਤੁਹਾਨੂੰ ਅੱਜ ਚੰਗੀ ਤਰ੍ਹਾਂ ਦੱਸਦੇ। ਦੇਖੋ ਜੀ, ਮੈਂ ਬਿਲੋਂਗ ਕਰਦਾ ਮਾਨਸਾ ਤੋਂ, ਇਹ ਬਿਲੋਂਗ ਕਰਦੇ ਸੀ ਬਠਿੰਡੇ ਤੋਂ, ਇਹਨਾਂ ਦਾ ਵਿਆਹ ਹੋ ਗਿਆ ਹੁਣ, ਤਾਂ ਮਤਲਬ ਕਿ ਹੁਣ ਅਸੀਂ ਮਾਨਸਾ ਤੋਂ ਬਿਲੋਂਗ ਕਰਦੇ, ਤਾਂ ਕਰਕੇ ਵੀ ਅਸੀਂ ਇਹਦੇ ਵੀ ਬਲੌਗ ਦੇ ਵਿੱਚ ਦੱਸਣ, ਕਿਉਂਕਿ ਮੇਰਾ ਪੇਕਾ ਪਿੰਡ ਹੈਗਾ ਗਾ ਬਠਿੰਡੇ ਕੋਲ ਤੇ ਮੇਰਾ ਸਹੁਰਾ ਪਿੰਡ ਹੈਗਾ ਮਾਨਸਾ ਦੇ ਕੋਲ, ਤਾਂ ਕਰਕੇ ਅਸੀਂ ਮਾਨਸਾ ਤੋਂ ਬਿਲੋਂਗ ਕਰਦੇ ਹਾਂ। ਤੇ ਦੂਸਰਾ ਸਾਡਾ ਮਤਲਬ ਕਿ ਸਾਨੂੰ ਜਿਹੜਾ ਕੀਤਾ ਜਾਣ ਵਾਲਾ ਕੁਐਸਚਨ ਆ ਜ਼ਿਆਦਾ ਉਹ ਹੁੰਦਾ ਹੈਗਾ ਮੈਰਿਜ ਦੇ ਰਿਲੇਟਡ। ਹਾਂ, ਵੀ ਤੁਹਾਡੀ ਲਵ ਮੈਰਿਜ ਆ ਜਾਂ ਅਰੇਂਜ ਮੈਰਿਜ ਆ, ਤੇ ਸਾਡੀ ਹੈਗੀ ਆ ਜੀ ਲਵ ਮੈਰਿਜ। ਅਰੇਂਜ ਮੈਰਿਜ ਨਹੀਂ ਹੋਈ ਸੀ ਆਪਣੀ? ਅਲੱਗ ਤੋਂ ਬਲੌਗ ਬਣਾਵਾਂਗੇ ਵੀ ਕਿਵੇਂ ਅਸੀਂ ਇੱਕ ਦੂਜੇ ਨੂੰ ਮਿਲੇ, ਕਿਵੇਂ ਜਾਣ ਪਛਾਣ ਹੋਈ, ਕਿਵੇਂ ਮੈਰਿਜ ਹੋਈ, ਜਾਂ ਮੈਰਿਜ ਦੇ ਵਿੱਚ ਕੋਈ ਦਿੱਕਤ ਤਾਂ ਨੀ ਆਈ, ਸਾਰਾ ਕੁਛ ਅਸੀਂ ਉਹ ਤੁਹਾਨੂੰ ਅਲੱਗ ਵੀਡੀਓ ਦੇ ਵਿੱਚ ਦੱਸਾਂਗੇ। ਤੁਸੀਂ ਕਮੈਂਟ ਕਰਕੇ ਦੱਸ ਦਿਓ ਅਗਰ ਤੁਸੀਂ ਸਾਡੀ ਲਵ ਸਟੋਰੀ ਸੁਣਨਾ ਚਾਹੁੰਦੇ ਹੋ ਤਾਂ। ਸਭ ਤੋਂ ਤੁਹਾਡੀ ਏਜ ਕਿੰਨੀ ਹੈ? ਹਾਂਜੀ ਦੱਸੋ ਦੱਸੋ, ਕੁੜੀਆਂ ਤੋਂ ਆਪਦੀ ਏਜ ਨੀ ਪੁੱਛਦੇ। ਇਹ ਹੈਗੇ ਜੀ 40 ਸਾਲ ਦੇ, ਮੈਂ ਹੈਗਾ 30 ਸਾਲ ਦਾ। ਨਹੀਂ ਜੀ, ਮੈਂ ਤਾਂ ਆਪਦਾ ਸਰਟੀਫਿਕੇਟ ਵੀ ਦਿਖਾ ਦਿੰਦੀ ਹਾਂ। ਦੇਖੋ, ਜਿਹੜੀ ਮੇਰੀ ਏਜ ਹੈਗੀ ਹੈ 27 ਸਾਲਾਂ ਦੀ, ਠੀਕ ਆ, 15-10 ਤੇ 1997 ਡੇਟ ਆਫ ਬਰਥ ਹੈਗੀ ਮੇਰੀ, ਤੇ ਮੈਂ 5 ਸਾਲ ਛੋਟਾ ਇਹਨਾਂ ਤੋਂ, ਮੈਂ 22 ਸਾਲਾਂ ਦਾ। ਇਹਨਾਂ ਦਾ ਬਰਥ ਹੋਇਆ 15 ਅਕਤੂਬਰ 1997। ਉਮਰ ਦੇ ਵਿੱਚ ਡਿਫਰੈਂਸ ਵੈਸੇ ਹੋਣਾ ਵੀ ਚਾਹੀਦਾ ਹੈਗਾ, ਚੱਲਦਾ ਇੰਨਾ ਕੋਈ ਜ਼ਿਆਦਾ ਵੀ ਨਹੀਂ ਹੈਗਾ, 3.5 ਸਾਲ ਵੱਡੀ ਹੈ ਮੇਰੇ ਤੋਂ ਇਹ। ਫਿਰ ਸਾਨੂੰ ਪੁੱਛਿਆ ਜਾਂਦਾ ਹੈ ਕੁਐਸਚਨ, ਮਤਲਬ ਕਿ ਜਾਂ ਵੀ ਤੁਸੀਂ ਸਟੱਡੀ ਕੀ ਕੀਤੀ ਆ, ਕਿੱਥੋਂ ਤੱਕ ਪੜ੍ਹੇ, ਕਿੱਥੋਂ ਤੱਕ ਪੜ੍ਹੇ, ਕਿਉਂਕਿ ਕਈ ਵਾਰੀ ਕੀ ਹੁੰਦਾ ਨਾ ਜਦੋਂ ਅਸੀਂ ਵੀਡੀਓਸ ਪਾਉਣੇ ਹੈਗੇ ਨਾ, ਵਿੱਚ ਸਾਨੂੰ ਕਹਿੰਦੇ ਨੇ ਅਣਪੜ੍ਹ ਵਾਲੀ ਲੈਂਗੁਏਜ ਹੈ ਇਦਾਂ ਦੀ, ਸਾਨੂੰ ਬਹੁਤ ਕਹਿੰਦੇ ਤੁਸੀਂ ਇੰਨੀ ਠੇਠ ਪੰਜਾਬੀ ਬੋਲਦੇ, ਠੇਠ ਪੰਜਾਬੀ ਬੋਲਦੇ, ਮੈਂ ਤੁਸੀਂ ਅਣਪੜ੍ਹ ਵਾਲੀ ਬੋਲੀ ਬੋਲਦੇ ਹੋ, ਅਣਪੜ੍ਹ ਵਾਲੀ ਬੋਲੀ, ਆਦਤ ਜੀ ਆ ਵੀ। ਦੇਖੋ, ਪੜ੍ਹਿਆ ਪਤਾ ਕੀ ਗੱਲ ਆ,
ਪਹਿਲਾਂ ਤਾਂ ਮੈਂ ਤੁਹਾਨੂੰ ਇਹਨਾਂ ਬਾਰੇ ਦੱਸਦਾ, ਤੁਸੀਂ ਕਿੱਥੇ ਪੜ੍ਹੇ ਹੋ, ਤੁਸੀਂ ਦੱਸੋ ਪਹਿਲਾਂ ਸਰਕਾਰੀ ਸਕੂਲ ਤੋਂ ਲੈ ਕੇ। ਨਹੀਂ ਜੀ, ਪਹਿਲਾਂ ਮੈਂ ਪ੍ਰਾਈਵੇਟ ਸਕੂਲ 'ਚ ਪੜ੍ਹੀ ਹੋਈ ਹੈਗੀ 8th ਕਲਾਸ ਤੱਕ, ਠੀਕ ਆ। ਉਸ ਤੋਂ ਬਾਅਦ ਦੇ ਵਿੱਚ ਮੈਂ ਸਰਕਾਰੀ ਸਕੂਲ 'ਚ ਪੜ੍ਹੀ ਹਾਂ। ਉਸ ਤੋਂ ਬਾਅਦ ਦੇ ਵਿੱਚ ਜਦੋਂ ਮੇਰੀ ਮਤਲਬ ਪਲੱਸ ਟੂ ਹੋ ਗਈ ਸੀ, ਮੈਂ ਫਿਰ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈ ਲਈ ਸੀ। ਉਸ ਤੋਂ ਬਾਅਦ ਦੇ ਵਿੱਚ 3 ਸਾਲ ਮੈਂ ਪੰਜਾਬੀ ਯੂਨੀਵਰਸਿਟੀ ਪੜ੍ਹੀ ਹਾਂ, ਮੈਂ ਗ੍ਰੈਜੂਏਟ ਹਾਂ, ਠੀਕ ਹੈ। ਅਤੇ ਤੁਸੀਂ ਦੱਸੋ ਜੀ, ਤੁਸੀਂ ਕਿੱਥੇ ਪੜ੍ਹੇ ਹੋ? ਮੈਂ ਜੀ ਦੇਖੋ 6ਵੀਂ ਕਲਾਸ ਤੱਕ ਪੜ੍ਹਿਆ ਮੈਂ ਪੰਜਾਬੀ ਸਕੂਲ ਦੇ ਵਿੱਚ, ਸਰਕਾਰੀ ਪ੍ਰਾਇਮਰੀ, ਸਰਕਾਰੀ ਪ੍ਰਾਇਮਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ, ਠੀਕ ਹੈ, 6ਵੀਂ ਕਲਾਸ ਤੱਕ। ਉਸ ਤੋਂ ਬਾਅਦ ਮੈਂ ਦਿੱਤਾ ਸੀਗਾ ਪੇਪਰ, ਫਿਰ ਮੇਰਾ ਪੇਪਰ ਕਲੀਅਰ ਹੋ ਗਿਆ ਸੀ, ਮੈਂ ਪੜ੍ਹਿਆ ਜੀ ਜਵਾਹਰ ਨਵੋਦਿਆ ਵਿਦਿਆਲਿਆ ਸਕੂਲ ਦੇ ਵਿੱਚ, ਪਲੱਸ ਟੂ ਤੱਕ ਮੇਰਾ। ਉਸ ਤੋਂ ਬਾਅਦ ਦੇ ਵਿੱਚ ਮੈਂ ਚਲਾ ਗਿਆ ਸੀਗਾ, ਮਤਲਬ ਕਿ ਗ੍ਰੈਜੂਏਸ਼ਨ ਕਰਨ ਵਾਸਤੇ ਚੰਡੀਗੜ੍ਹ, ਪੰਜਾਬ ਯੂਨੀਵਰਸਿਟੀ ਦੇ ਵਿੱਚ। ਤੇ ਉੱਥੇ ਇਹਨਾਂ ਦੀ ਗ੍ਰੈਜੂਏਸ਼ਨ ਹੋਈ ਹੈ ਪੰਜਾਬ ਯੂਨੀਵਰਸਿਟੀ ਤੋਂ। ਉਸ ਤੋਂ ਬਾਅਦ ਜਦੋਂ ਦੇ ਚੰਡੀਗੜ੍ਹ ਗਏ, ਉਸ ਤੋਂ ਬਾਅਦ ਵਿੱਚ ਅਸੀਂ ਇਹਨਾਂ ਨੂੰ ਹੁਣ ਮੈਂ ਇੱਥੇ ਲੈ ਕੇ ਆਈ ਹਾਂ। ਨਹੀਂ ਜਨਾਬ, ਦਾ ਮਨ ਹੀ ਨਹੀਂ ਕਰ। ਮੈਂ 2011 ਦੇ ਵਿੱਚ ਚੰਡੀਗੜ੍ਹ ਗਿਆ ਸੀ, ਚੰਡੀਗੜ੍ਹ ਗਏ ਸੀ, ਮੈਂ 13 ਸਾਲਾਂ ਬਾਅਦ ਚੰਡੀਗੜ੍ਹ ਤੋਂ ਵਾਪਸ ਆਇਆ, ਯਾਨੀ ਕਿ ਮੈਂ ਉੱਥੇ ਪੜ੍ਹਿਆ ਰਿਹਾ ਵੀ ਉੱਥੇ, ਮੈਂ ਉਸ ਤੋਂ ਬਾਅਦ ਮੈਰਿਜ ਤੋਂ ਬਾਅਦ, ਕਿਉਂਕਿ ਜਦੋਂ ਇਹਨਾਂ ਦੀ ਗ੍ਰੈਜੂਏਸ਼ਨ ਹੋ ਗਈ ਉਸ ਤੋਂ ਬਾਅਦ ਬਸ ਇਹ ਆਪਦਾ ਜੋਬ ਜੂਬ ਦਾ ਦੇਖਣ ਲੱਗ ਗਏ ਉੱਥੇ, ਫਿਰ ਮੈਰਿਜ ਹੋ ਗਈ, ਫਿਰ ਪਹਿਲਾਂ ਤਾਂ ਥੋੜਾ ਘੰਟਾ ਟਾਈਮ ਤਾਂ ਜੋਬ ਦੇਖਿਆ ਵੀ ਨਹੀਂ, ਪਹਿਲਾਂ ਤਾਂ ਵੈਸੇ ਤਿਆਰੀ ਵਗੈਰਾ ਕਰਦੇ ਰਹੇ। ਬਹੁਤ ਲੰਬੀ ਸਟੋਰੀ ਹੈ ਸਾਡੀ, ਇਹ ਬਾਅਦ ਦੇ ਵਿੱਚ ਦੱਸਾਂਗੇ ਕਦੇ। ਸਹੀ ਗੱਲ, ਤੁਸੀਂ ਕਿਹਾ ਘਰ ਕਿਉਂ ਨਹੀਂ ਰਹਿੰਦੇ ਸਾਨੂੰ, ਹਾਂ ਕਈ ਵਾਰ ਮੰਮੀ ਵਰਗੇ ਨਾ ਕਿਉਂ ਨਹੀਂ ਰਹਿੰਦੇ, ਕਈ ਵਾਰ ਅਸੀਂ ਨਾ ਵੀਡੀਓ ਵਗੈਰਾ ਪਾ ਦਿੰਦੇ, ਸਾਨੂੰ ਕਹਿੰਦੇ ਨੇ ਤੁਸੀਂ ਮਾਂ ਪਿਓ ਤੋਂ ਅਲੱਗ ਰਹਿੰਦੇ ਹੋ। ਹਾਂ, ਅਲੱਗ ਰਹਿੰਦੇ ਹੋ ਵੀ ਆ, ਅਸੀਂ ਥੋੜੇ ਕੁ ਦਿਨ ਪਹਿਲਾਂ ਨਾ ਪਾਸਟ ਉੱਥੇ ਇੱਕ ਵੀਡੀਓ ਜੀ ਪਾਈ ਸੀ, ਹਾਂ ਵੀ ਅਸੀਂ ਆਖੇ ਮੰਮੀ ਵਰਗੇ ਨੇ ਸਬਜ਼ੀ ਫੜਾ ਕੇ ਆਉਂਦੇ ਹਾਂ, ਸਬਜ਼ੀ ਫੜਾ ਕੇ ਆਉਂਦੇ ਹਾਂ ਨਾ, ਇਹ ਸਾਨੂੰ ਵਿੱਚ ਕਮੈਂਟ ਵੀ ਆਏ ਲੋਕਾਂ ਦੇ, ਕਹਿੰਦੇ ਤੁਸੀਂ ਬਾਅਦ ਬਣਾ ਲਿਆ, ਪਹਿਲਾਂ ਮਾਂ ਪਿਓ ਜ਼ਰੂਰੀ ਆ, ਇਹ ਚੀਜ਼ਾਂ ਉਹ ਚੀਜ਼ਾਂ, ਹਨਾ, ਕਿੰਨਾ ਆਪਾਂ ਨੂੰ ਸਮਝ ਕੇ ਰੱਖ ਲਈ ਦੇ ਵਿੱਚ ਬਿਨਾ ਮਤਲਬ ਕਿ ਉਹ ਕੀ ਕਿੰਨਾ ਗਿਆਨ ਦੇਣ ਲੱਗ ਜਾਂਦੇ, ਗਿਆਨ ਦੇਣ ਲੱਗ ਜਾਂਦੇ ਲੋਕ, ਹਨਾ। ਅਸੀਂ ਪਹਿਲਾਂ ਤੁਹਾਨੂੰ ਸਾਰੀ ਗੱਲ ਦੱਸ ਦਈਏ ਵੀ ਮੈਰਿਜ ਤੋਂ ਬਾਅਦ ਅਸੀਂ ਜਾਣਾ ਸੀ ਬਾਹਰ, ਇਹਨਾਂ ਦਾ ਕੀਤਾ ਹੋਇਆ ਸੀ ਆਈਲੈਂਡਸ। ਉਸ ਤੋਂ ਬਾਅਦ ਜੀ ਅਸੀਂ ਚੱਲ ਗਏ ਉੱਥੇ ਚੰਡੀਗੜ੍ਹ, ਚੱਲ ਗਏ ਸੀ 2-3 ਮਹੀਨੇ, ਕਿਉਂਕਿ ਸਾਨੂੰ ਇਹ ਸੀ ਹਰਜੀਤ ਚੰਡੀਗੜ੍ਹ ਜ਼ਿਆਦਾ ਰਹੇ ਹੋਣੇ, ਜਿਹੜੀ ਫਾਈਲ ਦਾ ਪ੍ਰੋਸੈਸ ਆ ਸਾਰਾ ਚੰਡੀਗੜ੍ਹ ਤੋਂ ਹੀ ਸਟਾਰਟ ਕਰਾਂਗੇ, ਬਾਕੀ ਇੱਕੋ ਮੇਰੀ ਡਿਗਰੀ ਦਾ ਵੀ ਸੀਗਾ ਪ੍ਰੋਬਲਮ। ਇਹਨਾਂ ਦਾ ਨਾ ਡਿਗਰੀ ਮਤਲਬ ਕਿ ਯੂਨੀਵਰਸਿਟੀ ਨੇ ਛੇਤੀ ਛੇਤੀ ਸਾਨੂੰ ਸਾਲ ਤਾਂ ਡਿਗਰੀ ਨਹੀਂ ਦਿੱਤੀ ਡਿਗਰੀ, ਕਿਉਂਕਿ ਦਿੰਦੀ ਵੀ ਹੈ ਨਹੀਂ ਯੂਨੀਵਰਸਿਟੀ, ਕਿਉਂਕਿ ਜਦੋਂ ਮੇਰੀ ਗ੍ਰੈਜੂਏਸ਼ਨ ਹੋਈ ਆਈਲੈਟਸ ਹੋ ਗਿਆ, ਮੈਂ ਚੰਡੀਗੜ੍ਹ ਆਈਲੈਟਸ ਕੀਤਾ, ਨਾਲ ਦੀ ਨਾਲ ਆਪਣੀ ਮੈਰਿਜ ਹੋ ਗਈ, ਨਾਲ ਦੀ ਨਾਲ ਮੈਰਿਜ ਹੋ ਗਈ, ਕਰਦੇ ਕਰਾਉਂਦੇ ਫਿਰ ਉਸ ਤੋਂ ਬਾਅਦ ਮਤਲਬ ਕਿਉਂਕਿ 6 ਮਹੀਨੇ ਤਾਂ ਮੈਰਿਜ ਦੇ ਵਿੱਚ ਨਿਕਲ ਹੀ ਜਾਂਦੇ, ਹਨਾ, ਵੀ ਛੇਤੀ ਛੇਤੀ ਬੰਦਾ ਜਾਂਦਾ ਨਹੀਂ, ਅਸੀਂ ਵੀ 6 ਮਹੀਨੇ ਬਾਅਦ ਗਏ। ਤੇ ਉਸ ਤੋਂ ਬਾਅਦ ਕੀ ਹੋਇਆ, ਉੱਥੇ ਜਾ ਕੇ ਸੋਚਿਆ ਵੀ ਚੱਲ ਇਹਨਾਂ ਦੀ ਫਾਈਲ ਅਸੀਂ ਚੰਡੀਗੜ੍ਹ ਤੋਂ ਲਵਾਵਾਂਗੇ, ਵੀ ਚੱਲ ਆਪਾਂ ਉੱਥੇ ਚੱਲਦੇ। ਫਿਰ ਅਸੀਂ ਡਿਗਰੀ ਵਾਸਤੇ ਕਿੰਨੇ ਧੱਕੇ ਖਾਂਦੇ ਰਹੇ ਯੂਨੀਵਰਸਿਟੀ ਜਾਂਦੇ, ਸਾਡੇ ਘੱਟੋ ਘੱਟ ਬਾਹਲੇ ਨਹੀਂ ਕਹਿੰਦੇ ਵੀ, ਉਸ ਟਾਈਮ ਨਾ ਸਟ੍ਰਾਈਕ ਵਗੈਰਾ ਵੀ ਚੱਲਦੀ ਸੀ ਯੂਨੀਵਰਸਿਟੀ ਦੇ ਵਿੱਚ, ਜਦੋਂ ਅਸੀਂ ਜਾਂਦੇ ਸੀਗੇ ਤੇ ਸਾਨੂੰ ਮਤਲਬ ਉੱਥੋਂ ਅਸੀਂ ਵਾਪਸ ਮੁੜੇ ਆਉਂਦੇ ਖਾਲੀ ਹੱਥ, ਮਤਲਬ ਕਿ ਡਿਗਰੀ ਨਹੀਂ ਮਿਲੀ। ਫਿਰ ਸਾਡਾ ਕੋਈ ਜਾਣ ਪਹਿਚਾਣ ਦਾ, ਮੇਰੇ ਬ੍ਰਦਰ ਦਾ ਵੱਡੇ ਦਾ ਕੋਈ ਜਾਣ ਪਹਿਚਾਣ ਵਾਲਾ ਬੰਦਾ ਸੀਗਾ, ਤੇ ਉਹ ਆਏ ਫਿਰ ਉਹਨਾਂ ਨੇ ਸਾਨੂੰ ਡਿਗਰੀ ਕਢਵਾ ਕੇ ਦਿੱਤੀ। ਡਿਗਰੀ ਤੋਂ ਬਾਅਦ ਸੋਚਿਆ ਵੀ ਚਲੋ ਆਪਾਂ ਹੁਣ ਫਾਈਲ ਦਾ ਪ੍ਰੋਸੈਸ ਸਟਾਰਟ ਕਰਾਂਗੇ। ਉਸ ਤੋਂ ਬਾਅਦ ਨਾਲ ਦੀ ਨਾਲ ਕੋਵਿਡ ਸਟਾਰਟ ਹੋ ਗਿਆ ਸੀਗਾ, ਆਪਾਂ ਨੂੰ ਪਤਾ ਮਾਰਚ ਦੇ ਵਿੱਚ 2020 ਦੇ ਵਿੱਚ ਨਾ, ਹਾਂ ਕੋਵਿਡ ਆ ਗਿਆ ਸੀਗਾ, ਕੋਵਿਡ ਚੱਲ ਪਿਆ ਨਾ, ਫਿਰ ਉਸ ਟਾਈਮ ਡਰ ਜਾ ਲੱਗਣ ਲੱਗ ਗਿਆ ਵੀ ਯਾਰ ਕਿਉਂ ਫਾਈਲ ਲਗਵਾਉਣੀ ਚੰਗੀ, ਹਾਂ ਚਾ, ਕਿਉਂਕਿ ਉਸ ਟਾਈਮ ਤਾਂ ਇਹ ਹੋ ਗਿਆ ਸੀ ਨਾ ਵੀ ਮਤਲਬ ਵੀ ਕੀ ਪਤਾ ਬਚਾਂਗੇ ਜਾਂ ਨਾ ਬਚਾਂਗੇ, ਕਿੰਨਾ ਕੁਝ ਸੀਗਾ ਵੀ ਉਧਰ ਜਾਵਾਂਗੇ ਕੀ ਹੋਊਗਾ ਕਿ ਨਾ ਹੋਊਗਾ। ਮਾਰਚ ਦੇ ਵਿੱਚ 20 ਮਾਰਚ ਨੂੰ ਲੱਗਿਆ ਸੀਗਾ ਲੋਕਡਾਊਨ, ਅਪ੍ਰੈਲ ਦੇ ਵਿੱਚ ਘਰ ਆ ਗਏ ਸੀ, ਘਰ ਸ਼ਿਫਟ ਹੋ ਗਏ ਸੀ, ਘਰ ਆ ਗਏ ਸੀਗੇ। ਉਸ ਤੋਂ ਬਾਅਦ ਦੇ ਵਿੱਚ ਨਾਲਸਾ, ਹਾਂ ਉਸ ਤੋਂ ਬਾਅਦ ਇਹ ਸਾਰੀ ਕਹਾਣੀਆਂ ਆ ਵੀ ਅਸੀਂ ਘਰ ਕਿਉਂ ਨਹੀਂ ਰਹਿੰਦੇ ਹੈਗੇ, ਹਾਂ ਇਹ ਘਰ ਕਿਉਂ ਨਹੀਂ ਰਹਿੰਦੇ, ਉਹਦੀ ਕਹਾਣੀ ਹੈ ਜੀ ਵੀ ਅਸੀਂ ਘਰ ਰਹਿੰਦੇ ਆ, ਸਾਨੂੰ ਇਹ ਦੱਸਦੇ ਆ। ਉਸ ਤੋਂ ਬਾਅਦ ਕੀ ਹੋਇਆ, ਜਦ ਲੋਕਡਾਊਨ ਲੱਗ ਗਿਆ, ਲੋਕਡਾਊਨ ਤੋਂ ਬਾਅਦ ਅਸੀਂ ਘਰ ਆ ਗਏ, ਫਿਰ 1.5 ਸਾਲ ਅਸੀਂ ਘਰ ਰਹੇ, ਉਸ ਤੋਂ ਬਾਅਦ ਉਸ ਤੋਂ ਬਾਅਦ ਸਾਡੀ ਸਿਸਟਰ ਦੀ ਮੈਰਿਜ ਆ ਗਈ। ਫਿਰ ਉਸ ਤੋਂ ਬਾਅਦ ਜਦੋਂ ਅਸੀਂ ਗਏ ਤਾਂ ਇਹਨਾਂ ਦਾ ਜਿਹੜਾ ਆਈਲੈਂਡਸ ਕੀਤਾ ਹੋਇਆ ਸੀ, 2 ਸਾਲ ਦਾ ਹੀ ਹੁੰਦਾਗਾ, ਆਪਾਂ ਸਾਰਿਆਂ ਨੂੰ ਪਤਾ ਐਕਸਪਾਇਰ ਹੋ ਗਿਆ ਸੀਗਾ। ਤੇ ਫਿਰ ਇਹਨਾਂ ਦੇ ਪਹਿਲਾਂ 2 ਪੇਪਰ ਹੁੰਦੇ ਸੀ, ਇੱਕ ਤਾਂ ਬ੍ਰਿਟਿਸ਼ ਕੌਂਸਲ ਲੈਂਦਾ ਹੁੰਦਾ ਸੀ, ਇੱਕ ਆਈਡੀਪੀ ਲੈਂਦਾ ਹੁੰਦਾ ਸੀ। ਉਸ ਤੋਂ ਬਾਅਦ ਕੀ ਹੋਇਆ, ਜਿਹੜਾ ਬ੍ਰਿਟਿਸ਼ ਕੌਂਸਲ ਵਾਲੇ ਸੀ ਉਹਨਾਂ ਨੇ ਪੇਪਰ ਲੈਣਾ ਬੰਦ ਕਰਤਾ ਸੀ, ਆਈਡੀਪੀ ਰਹਿ ਗਿਆ ਸੀਗਾ।
ਫਿਰ ਜੀ ਦੁਬਾਰਾ ਫਿਰ ਅਸੀਂ ਦੁਬਾਰਾ ਚੰਡੀਗੜ੍ਹ ਸ਼ਿਫਟ ਹੋ ਗਏ ਤੇ ਫਿਰ ਦੁਬਾਰਾ ਫਿਰ ਜਦੋਂ ਮਤਲਬ ਕਿ ਇਹਨਾਂ ਦਾ ਹੋ ਗਿਆ ਐਕਸਪਾਇਰ ਹੋ ਗਿਆ ਦੁਬਾਰਾ ਇਹਨਾਂ ਦਾ ਆਈਲੈਟਸ ਕਰਵਾਇਆ ਤਾਂ ਦੋ ਵਾਰ ਉਹਨਾਂ ਨੇ ਮਤਲਬ ਕਿ ਰੀਡਿੰਗ ਦੇ ਵਿੱਚ ਉਹ ਬੈਂਡ ਨਹੀਂ ਦਿੱਤੇ ਮਤਲਬ ਕਿ ਬਾਕੀ ਚੋਂ ਆ ਜਾਂਦੇ ਸੀ ਤੇ ਰੀਡਿੰਗ ਦੇ ਵਿੱਚ ਉਹ 5 ਰੱਖ ਦਿੰਦੇ ਸੀਗੇ ਤੇ ਦੋ ਵਾਰ ਨਹੀਂ ਆਇਆ ਹਨਾ ਤੀਜੀ ਵਾਰ ਕਲੀਅਰ ਹੋਇਆ ਤਾਂ ਅਸੀਂ ਸੋਚਿਆ ਵੀ ਚਲੋ ਹੁਣ ਵੀਜ਼ਾ ਲਗਵਾਵਾਂਗੇ ਹਨਾ ਤੇ ਇਹ ਗੱਲ ਹੈਗੀ ਆ 23 ਮਤਲਬ ਗੂਗਲ ਦੇ ਉੱਪਰ ਉਹਨੇ ਸਾਰਾ ਕੁਛ ਪਾਇਆ ਹੋਇਆ ਸੀਗਾ ਹਨਾ ਪਤਾ ਨੀ ਕਿੱਥੋਂ ਚੱਕ ਚੱਕ ਕੇ ਅੱਡਾ ਵਗੈਰਾ ਜੋ ਵੀ ਕੀਤਾ ਹੋਇਆ ਸੀ ਉਹਨੇ ਹਨਾ ਫਿਰ ਅਸੀਂ ਉਹਦੇ ਕੋਲ ਚੱਲ ਗਏ ਤੇ ਉਹ ਸਰਦਾਰ ਬੰਦਾ ਸੀ ਦਾੜੀ ਉਹਨੇ ਰੱਖੀ ਹੋਈ ਸੀ ਤੇ ਗੁਰਬਾਣੀ ਉਹਦੇ ਆਫਿਸ ਦੇ ਵਿੱਚ ਚੱਲਦੀ ਹੁੰਦੀ ਸੀ ਤੇ ਅਸੀਂ ਉਹਦੇ ਕੋਲ ਗਏ ਤਾਂ ਉਹ ਮਤਲਬ ਕਿ ਸਾਡੇ ਨਾਲ ਫਰੋਡ ਕਰਕੇ ਭੱਜ ਗਏ ਸਾਡੇ ਪੈਸੇ ਲੈ ਕੇ ਉਹ ਭੱਜ ਗਿਆ ਉਸ ਤੋਂ ਬਾਅਦ ਜੀ ਉੱਥੇ ਅਸੀਂ ਇਕੱਲੇ ਨਹੀਂ ਫਸੇ ਸੀ ਵੀ ਅਸੀਂ ਇਕੱਲੇ ਸੀ ਸਾਡੇ ਨਾਲ ਹੋਰ ਵੀ ਸੀ ਕਈ ਜਾਣੇ ਜਦੋਂ ਵੀ ਜਦੋਂ ਕੇਸ ਚੱਲ ਕੀਤੇ ਫਿਰ ਸਾਡਾ ਮਤਲਬ ਕਿ ਦਿਲ ਜਾਰੀ ਕੀਤਾ ਪਿੰਡ ਆਉਣ ਨੂੰ ਛੇਤੀ ਛੇਤੀ ਵੀ ਯਾਰ ਤੁਹਾਨੂੰ ਪਤਾ ਨਹੀਂ ਹੈਗਾ ਬਹੁਤ ਲੋਕ ਹੱਸਦੇ ਵੀ ਹੁੰਦੇ ਹਨਾ ਵੀ ਯਾਰ ਕਿਉਰੀ ਗਏ ਸੀ ਜਾਂ ਬਾਹਲੇ ਸਿਆਣੇ ਸੀ ਸਾਨੂੰ ਸੁਣਨ ਚ ਵੀ ਆਇਆ ਹਾਂ ਵੀ ਤੁਸੀਂ ਤਾਂ ਪੜ੍ਹੇ ਲਿਖੇ ਹੋ ਪੜ੍ਹੇ ਲਿਖੇ ਸੀ ਤੁਸੀਂ ਇਹ ਕਰਕੇ ਉਹ ਕਰਕੇ ਦੇਖੋ ਜਦੋਂ ਮਾੜਾ ਟਾਈਮ ਆਉਂਦਾ ਉਹ ਦੱਸ ਕੇ ਨਹੀਂ ਆਉਂਦਾ ਹਨਾ ਤਾਂ ਕਰਕੇ ਵਿਸ਼ੇ ਦੀ ਅਸੀਂ ਪਿੰਡ ਨਹੀਂ ਗਏ ਉਸ ਤੋਂ ਬਾਅਦ ਅਸੀਂ ਬਠਿੰਡੇ ਤਾਂ ਸ਼ਿਫਟ ਕਰ ਗਏ ਕਿਉਂਕਿ ਇੱਥੇ ਇੱਕ ਸਾਡੇ ਸਿਸਟਰ ਰਹਿੰਦੇ ਨੇਗੇ ਤੁਸੀਂ ਆਪ ਦੇਖੋ ਜਿੰਨਾ ਅਸੀਂ ਤੁਹਾਨੂੰ ਹੁਣ ਤੱਕ ਦੱਸਿਆ ਵੀ ਉਹਦੇ ਵਿੱਚ ਵੀ ਅਸੀਂ ਘਰੇ ਰਹਿ ਕੇ ਕਿਵੇਂ ਸਾਰਾ ਕੁਛ ਕਰ ਸਕਦੇ ਸੀ ਹਨਾ ਬਾਕੀ ਹੁਣ ਜਦੋਂ ਅਸੀਂ ਬਠਿੰਡੇ ਆਏ ਆ ਅਸੀਂ ਲਾਈ ਨੀ ਆਪਦੀ ਇੱਦਾਂ ਦੀ ਚੁਣ ਲਈ ਸਾਨੂੰ ਇਹ ਸੀਗਾ ਵੀ ਚਲੋ ਕੋਈ ਗੱਲ ਨੀ ਹੁਣ ਜਦੋਂ ਸੋਸ਼ਲ ਮੀਡੀਆ ਦੇ ਵਿੱਚ ਹਾਂ ਵੀ ਚਲੋ ਆਪਾਂ ਹੈਗੇ ਆ ਚਲ ਪਹਿਲਾਂ ਵੀਡੀਓ ਬਣਾਉਂਦੇ ਹੁੰਦੇ ਸੀ ਵੀ ਆਪਾਂ ਚਲੋ ਇੱਧਰ ਹੀ ਆਪਾਂ ਸੀਗੇ ਪਹਿਲਾਂ ਜਦੋਂ ਮਤਲਬ ਕਿ ਮਿਊਜ਼ੀਕਲ ਐਪ ਜੀ ਚੱਲੀ ਹੋਈ ਸੀ ਨਾ ਇਹ ਥੋੜਾ ਸ਼ੌਂਕ ਵੱਧ ਸੀਗਾ ਵੀਡੀਓ ਬਣਾਉਂਦਾ ਵੀ ਇਹ ਕੋਈ ਮਾੜੀ ਤਾਂ ਨਹੀਂ ਵੀਡੀਓ ਕਦੇ ਬਣਾਈ ਹੈਗੀ ਹਨਾ ਚਲੋ ਲੋਕ ਕਮੈਂਟ ਕਰਨ ਵਾਲੇ ਕਰ ਦਿੰਦੇ ਆ ਤੇ ਇਹਨੂੰ ਪਹਿਲਾਂ ਵੀ ਸ਼ੌਂਕ ਸੀ ਉਸ ਟਾਈਮ ਤਾਂ ਨਾ ਤਾਂ ਇਹ ਰੀਲਸ ਵਗੈਰਾ ਇੰਸਟਾਗ੍ਰਾਮ ਤੇ ਬਣਦੀ ਹੁੰਦੀ ਸੀ ਨਾ ਟਿਕਟੌਕ ਤੇ ਸਾਡੀ ਇੱਕ ਵੀਡੀਓ ਵੀ ਪਹਿਲਾਂ ਪਾਈ ਹੋਈ ਹੈ ਮਤਲਬ ਕਿ ਉਸ ਟਾਈਮ YouTube ਦੇ ਉੱਪਰ ਮਿਊਜ਼ੀਕਲ ਐਪ ਦੇ ਵਿੱਚ ਬਣਾਈ ਹੋਈ ਸੀ ਉਹ ਵੀ ਸਾਡੀ ਵਾਇਰਲ ਹੋ ਗਈ ਸੀਗੀ ਉਸ ਟਾਈਮ ਮਤਲਬ ਕਿ 6 ਲੱਖ ਵੀਡੀਓ ਤੇ ਵਿਊ ਆ ਗਏ ਹੋਇਆ ਅਸੀਂ ਉਦੋਂ ਵੀ ਨਹੀਂ ਧਿਆਨ ਦਿੱਤਾ ਸਾਨੂੰ ਐ ਸੀ ਵੀ ਚਲੋ ਸਾਨੂੰ ਬਾਹਰ ਦਾ ਕਿੰਨਾ ਜਾਂਦੀ ਸੀ ਸਾਡੇ ਵਿੱਚ ਆਪਾਂ ਇਹ ਬਾਕੀ ਮੰਮੀ ਜਿਹੜੀ ਇਕੱਲੇ ਨਹੀਂ ਹੈਗੇ ਵੱਡਾ ਵੀਰਾ ਉਹਨਾਂ ਨਾਲ ਹੀ ਰਹਿ ਰਿਹਾ ਘਰੇ ਰਹਿ ਰਹੇ ਨੇ ਉਹ ਹਨਾ ਵੀ ਵਧੀਆ ਕਿਉਂਕਿ ਮੰਮੀ ਕਹਿੰਦੇ ਇੱਥੇ ਆ ਜਾਂਦੇ ਨੇ ਸਾਡੇ ਕੋਲ ਦਿਨ ਨਹੀਂ ਲਾਉਂਦੇ ਦੋ ਤਿੰਨ ਦਿਨ ਸਾਰਾ ਦਿਨ ਕਹਿੰਦੇ ਬੰਦ ਬੰਦ ਆ ਗਿਆ ਸਾਰਾ ਦਿਨ ਨਹੀਂ ਦਿਲ ਲੱਗਦਾ ਸ਼ਹਿਰਾਂ ਦੇ ਵਿੱਚ ਤੁਹਾਨੂੰ ਪਤਾ ਕਿੰਨਾ ਕਿ ਕਿਸੇ ਨੂੰ ਖਾਸ ਕਰਕੇ ਮੰਮੀ ਤਾਂ ਮੇਰੇ ਦਿਲ ਲਾ ਲੈਂਦੇ ਆ ਹਾਂ ਪਾਪੇ ਦਾ ਔਖਾ ਹੋ ਜਾਂਦਾ ਪਾਪਾ ਨਹੀਂ ਦਿਲ ਲਾਉਂਦੇ ਹੈਗੇ ਉਹ ਕਹਿੰਦੇ ਵੀ ਯਾਰ ਵੀ ਪਿੰਡ ਦੇ ਵਿੱਚ ਜਦੋਂ ਜਾਂਦੇ ਆ ਤਾਂ ਕਹਿੰਦੇ ਉਹਨਾਂ ਨੇ 100 ਆਪਦੇ ਦੋਸਤਾਂ ਮਿੱਤਰਾਂ ਨੂੰ ਮਿਲਣਾ ਹੁੰਦਾ ਜਾਂ ਕਿਤੇ ਜਾ ਕੇ ਬੈਠਣਾ ਹੁੰਦਾ ਹਨਾ ਸਹੀ ਗੱਲ ਤਾਂ ਉਹ ਕਹਿੰਦੇ ਵੀ ਮੇਰਾ ਦਿਲ ਨਹੀਂ ਲੱਗਦਾ ਹੈਗਾ ਅਸੀਂ ਤਾਂ ਬਹੁਤ ਕਿਹਾ ਸੀ ਸਾਡੇ ਕੋਲੇ ਰਹਿਣਾ ਬਾਕੀ ਅਸੀਂ ਵੀ ਆਪਦਾ ਦੇਖਾਂਗੇ ਹੌਲੀ ਹੌਲੀ ਦੇਖੋ ਆ ਅਸੀਂ ਪਿੰਡ ਹੀ ਆਵਾਂਗੇ ਅਸੀਂ ਕਿੱਥੇ ਰਹਿਣਾ ਹੋਵੇ ਕਿੱਥੇ ਰਹਿਣਾ ਪਿੰਡੀ ਆ ਕਿਦਾ ਨਿਕਲਦਾ ਹੁਣ ਆਪਾਂ ਰੋਜ਼ ਰੋਜ਼ ਹੁਣ ਜਿਵੇਂ ਇੱਥੇ ਤਾਂ ਅਸੀਂ ਚਲੋ ਕਦੋਂ ਮਰਜ਼ੀ ਆ ਜਾ ਸਕਦੇ ਆ ਪਿੰਡ ਦੇ ਵਿੱਚ ਥੋੜਾ ਜਿਹਾ ਇੱਕ ਹੁੰਦਾ ਨਾ ਵੀ ਆਂਢ ਗੁਆਂਢ ਦਾ ਵੀ ਦੇਖ ਕੇ ਚੱਲਣਾ ਪੈਂਦਾ ਹਨਾ ਵੀ ਆਪਾਂ ਰੋਜ਼ ਰੋਜ਼ ਗੇੜੇ ਵੀ ਨਹੀਂ ਲਾ ਸਕਦੇ ਸ਼ਹਿਰ ਦੇ ਵਿੱਚ ਹਨਾ ਇਹ ਚੀਜ਼ ਵੀ ਹੁੰਦੀ ਅੱਜ ਕੱਲ ਕੋਈ ਕਿਸੇ ਤੇ ਰਾਜ਼ੀ ਵੀ ਨਹੀਂ ਹੁੰਦਾ ਤੇ ਬਾਕੀ ਤੁਹਾਨੂੰ ਪਤਾ ਹੀ ਹੈ ਪਿੰਡਾਂ ਦੇ ਵਿੱਚ ਕੀ ਕੁਝ ਚੱਲਦਾ ਸਾਨੂੰ ਗੱਲਾਂ ਕਰਨ ਵਾਲੇ ਗੱਲਾਂ ਕਰੀ ਜਾਂਦੇ ਰਹਿੰਦੇ ਨੇ ਤੁਹਾਨੂੰ ਪਤਾ ਹੀ ਹੈ ਹਨਾ ਆਪਾਂ ਨੂੰ ਇਹ ਗੱਲ ਆਪਾਂ ਵੱਧਦੇ ਆ ਅਗਲੇ ਸਵਾਲ ਵੱਲ ਹੁਣ ਤਾਂ ਵਾਲੀ ਲੰਬੇ ਗੱਲ ਲੰਬੇ ਚੱਲ ਗਏ ਸੀਗੇ ਅਸੀਂ ਲੰਬੀਆਂ ਗੱਲਾਂ ਆ ਜਾਣਗੀਆਂ ਹਾਂਜੀ ਇੱਕ ਸਵਾਲ ਸਾਨੂੰ ਸਭ ਤੋਂ ਵੱਧ ਦਾ ਵੀ
ਹਰਜੀਤ ਦੀ ਸਭ ਤੋਂ ਬੁਰੀ ਆਦਤ ਕੀ ਹੈ? ਇਹਨਾਂ ਨੇ ਪੁੱਛਿਆ ਵੀ ਸੁੱਖ ਦੀ ਬੁਰੀ ਆਦਤ ਤੇ ਹਰਜੀਤ ਦੀ, ਇੱਕ ਦੂਜੇ ਤੋਂ ਦੱਸਣੀ ਹੈ, ਠੀਕ ਹੈ? ਸੁੱਖ ਦੀ ਬੁਰੀ ਆਦਤ ਇਹ ਆ ਵੀ ਕਈ ਵਾਰ ਜਦੋਂ ਕੋਈ ਇਹਨੂੰ ਕੋਈ ਚੀਜ਼ ਲੈਣੀ ਹੁੰਦੀ ਹੈ ਵੀ ਇਹ ਨਾ ਉਹਦੀ ਅਚਵੀ ਕਰਦੀ ਹੈ ਵੀ ਮੈਂ ਉਹ ਚੀਜ਼ ਲੈ ਕੇ ਆਉਣੀ ਹੈ, ਵੀ ਇਹਨੂੰ ਮੈਂ ਕਹਿੰਦਾ ਵੀ ਕੋਈ ਗੱਲ ਨਹੀਂ ਆਪਾਂ ਕੱਲ੍ਹ ਨੂੰ ਚੱਲਾਂਗੇ ਜਾਂ ਪਰਸੋਂ ਚੱਲਾਂਗੇ, ਫਿਰ ਇਹ ਬਹਾਨੇ ਜਿਹੇ ਨਾਲ ਆ ਕੇ ਆਹ ਚੀਜ਼ ਉੱਥੇ ਆਏ ਆਪਾਂ ਚੱਲੀਏ ਆਪਾਂ ਬਾਹਰ ਜਾ ਕੇ ਆਈਏ, ਫਿਰ ਵੀ ਮਤਲਬ ਕਿ ਉਹ ਚੀਜ਼ ਜਿਵੇਂ ਨੂੰ ਐਂ ਹੁੰਦਾ ਵੀ ਮੈਂ ਛੇਤੀ ਛੇਤੀ ਉਹ ਚੀਜ਼ ਲੈ ਕੇ ਆਵਾਂ ਜਾ ਕੇ ਵੀ ਕਿਤੇ ਰਹਿ ਨਾ ਜਾਵੇ, ਮੈਨੂੰ ਨਹੀਂ ਸਾਰੀਆਂ ਕੁੜੀਆਂ ਨੂੰ ਏਦਾਂ ਹੁੰਦਾ ਹੁੰਦਾ, ਪਰ ਉਹ ਵੀ ਕੋਈ ਮਤਲਬ ਕਿ ਹੋਰ ਤਾਂ ਠੀਕ ਹੈ, ਬਾਕੀ ਤਾਂ ਬੁਰੀ ਆਦਤ ਹੋ ਗਈ। ਮੈਂ ਦੱਸਦੀ ਹਾਂ ਇਹਨਾਂ ਦੀ ਬੁਰੀ ਆਦਤ, ਮੈਂ ਦੱਸਦੀ ਇਹਨਾਂ ਦਾ ਪਤਾ ਕੀ ਸਿਸਟਮ, ਮੈਂ ਬਹੁਤ ਜ਼ਿਆਦਾ ਮਤਲਬ ਕਿ ਪਿਆਰ ਕਰਦੇ ਹਾਂ, ਇਹ ਬੁਰੀ ਆਦਤ, ਇਹਨਾਂ ਨਾਲ ਗੁੱਸਾ ਬਹੁਤ ਛੇਤੀ ਆਉਂਦਾ ਗਾ, ਇੱਕਦਮ ਜਦੋਂ ਕਈ ਵਾਰੀ ਨੋਰਮਲ ਵੀ ਗੱਲਾਂ ਕਰ ਰਹੇ, ਮੇਰੇ ਨਾਲ ਗੱਲ ਕਰ ਰਹੇ, ਘਰਦਿਆਂ ਨਾਲ ਗੱਲ ਕਰ ਰਹੇ, ਕਿਸੇ ਨਾਲ ਵੀ ਗੱਲ ਕਰ ਰਹੇ, ਨੋਰਮਲ ਗੱਲਾਂ 'ਚ ਕੋਈ ਨਾ ਕੋਈ ਗੱਲ ਹੋ ਜੇ, ਫਿਰ ਇਹਨਾਂ ਨੂੰ ਇਹ ਹੁੰਦਾ ਬਸ ਮੈਂ ਸਹੀ ਹਾਂ ਅਗਲਾ ਗਲਤ ਆ ਸਾਹਮਣੇ ਵਾਲਾ, ਫਿਰ ਇਹਨਾਂ ਦਾ ਗੁੱਸਾ ਇੱਥੋਂ ਤੋਂ ਗਿਆ ਪੂਰਾ ਆਏ ਅਪਰ ਲੈਵਲ ਤੇ ਚਲਾ ਜਾਂਦਾ ਗੁੱਸਾ, ਫਿਰ ਉਹਨੂੰ ਗੁੱਸੇ ਨੂੰ ਸ਼ਾਂਤ ਕਰਨ ਦੇ ਬਹੁਤ ਟਾਈਮ ਲੱਗਦਾ ਗਾ, ਤਾਂ ਕਰਕੇ ਇਹਨਾਂ ਨੂੰ ਥੋੜ੍ਹਾ ਜਿਹਾ ਗੁੱਸਾ ਬਾਅਦ 'ਚ, ਮੈਂ ਇਹਨਾਂ ਨੂੰ ਕਹਿਣੀ ਹੈ ਤੁਸੀਂ ਹੁਣ ਥੋੜ੍ਹਾ ਜਿਹਾ ਆਪਦੀ ਗੁੱਸੇ ਦੀ ਆਦਤ 'ਤੇ ਕੰਟਰੋਲ ਕਰੋ, ਕਿਉਂਕਿ ਹੁਣ ਤੁਸੀਂ ਬਹੁਤ ਜਲਦੀ ਪਾਪਾ, ਹਾਂ ਪਹਿਲਾਂ ਇਹਨਾਂ ਦੇ ਵਿੱਚ ਬਲੱਡ ਬਹੁਤ ਜ਼ਿਆਦਾ ਸੀ, ਤਾਂ ਕਰਕੇ ਵੀ ਹੁਣ ਇਹਨਾਂ ਦਾ ਗੁੱਸਾ ਬਹੁਤ ਜ਼ਿਆਦਾ ਸੀ, ਉਹ ਮੈਂ ਬਲੱਡ ਹੁਣ ਥੋੜ੍ਹਾ ਥੋੜ੍ਹਾ ਪੀ ਗਈ ਇਹਨਾਂ ਦਾ, ਘੱਟ ਘੱਟ ਕਰਤਾ ਇਹਨਾਂ ਦਾ ਹੁਣ ਗੁੱਸਾ, ਅਤੇ ਵੀ ਹੁਣ ਚਲੋ ਹੌਲੀ ਹੌਲੀ ਫਰਕ ਪਈ ਜਾਂਦਾ, ਜਦੋਂ ਦੀ ਮੈਰਿਜ ਹੋਈ ਹੈ ਮੇਰੇ ਨਾਲ ਉਹ ਤਾਂ ਫਰਕ ਬਹੁਤ ਪੈ ਗਿਆ। ਚੰਗੀ ਆਦਤ ਕੀ ਹੈ ਮੇਰੀ? ਚੰਗੀ ਆਦਤ ਦੱਸ ਮੇਰੀ ਚੰਗੀ ਆਦਤ ਨੇ ਸਾਰੀਆਂ, ਮੇਰੇ 'ਚ ਤਾਂ ਦੇਖੋ ਸਾਰੀਆਂ ਚੰਗੀਆਂ ਆਦਤਾਂ ਨੇ। ਅੱਛਾ ਮੇਰੇ 'ਚ ਮਾੜੀਆਂ ਨੇ, ਹਰਜੀਤ ਦੀ ਬਹੁਤ ਚੰਗੀ ਆਦਤ ਹੈ ਵੀ ਇਹਨੂੰ ਬਹੁਤ ਸਾਰਾ ਪਿਆਰ ਕਰਦੇ, ਕਿ ਕੇਅਰਿੰਗ ਬਹੁਤ ਜ਼ਿਆਦਾ ਨੇ, ਮੇਰੇ ਹਸਬੈਂਡ ਬਹੁਤ ਕੇਅਰਿੰਗ ਨੇ, ਮੇਰੀ ਨਿੱਕੀ ਨਿੱਕੀ ਗੱਲ ਵੀ ਸੁਣਦੇ ਨੇ ਅਤੇ ਨਿੱਕੀ ਨਿੱਕੀ ਗੱਲ ਮੰਨਦੇ ਵੀ ਨੇ ਅਤੇ ਮੇਰੀ ਹੈਲਪ ਵੀ ਕਰਾਉਂਦੇ ਨੇ, ਕਿਉਂਕਿ ਹੁਣ ਜਿਵੇਂ ਜਿਸ ਹਿਸਾਬ ਨਾਲ ਹੁਣ ਸਾਡੇ ਤਾਂ ਟਾਈਮ ਜਿਹਾ ਚੱਲ ਰਿਹਾ ਹੈ, ਇਹਦੇ ਵਿੱਚ ਤਾਂ ਮੇਰੀ ਬਹੁਤ ਮੈਨੂੰ ਕਹਿ ਦਿੰਦਾ ਉਹਨਾਂ ਕਈ ਵਾਰ ਬਹੁਤ ਜਿੰਨੀ ਤੇਰੀ ਕੇਅਰ ਮੈਂ ਕਰ ਰਿਹਾ ਵੀ ਸ਼ਾਇਦ ਕੋਈ ਨਹੀਂ ਕਰਦਾ, ਕੋਈ ਵੀ ਨਹੀਂ ਕਰ ਸਕਦਾ, ਮੰਮੀ ਵੀ ਨਾ ਕਰੇ, ਪੱਕੀ ਗੱਲ ਕਹਿੰਦੇ ਤੇਰੇ ਪੇਕੇ ਵੀ ਹੁਣ ਨਹੀਂ ਕੇਅਰ ਕਰ ਸਕਦੇ, ਹੁਣ ਤੁਸੀਂ ਸੁਣ ਲਓ ਸਾਰੇ ਜਾਣੇ, ਜਦੋਂ ਹੁਣ ਮੈਂ ਪੇਕੇ ਜਾਊਂਗੀ ਨਾ ਉਹਦੇ ਦੇਖਦੇ ਵੀ ਉਹ ਕਿੰਨੀ ਕੇਅਰ ਕਰਦੇ ਨੇ, ਇਹ ਦੇਖ ਲਿਓ ਮੈਂ ਜਿੰਨੀ ਕੇਅਰ ਕਰਦਾ ਉਹਨੀ ਨਹੀਂ ਕਰ ਸਕਦਾ, ਮੈਨੂੰ ਉਹ ਕਹਿੰਦੇ ਨੇ ਜਿੰਨੀ ਕੇਅਰ ਤੇਰੀ ਮੈਂ ਕਰਦਾ ਨਾ ਉਹਨੀ ਤੇਰੀ ਉਹ ਨਹੀਂ ਕਰ ਸਕਦੇ ਹੈਗੇ, ਤੁਸੀਂ ਵੀ ਦੱਸ ਦਿਓ ਇੱਕੋ ਹੀ ਆ ਬਸ ਮੇਰੀ ਚੰਗੀ ਆਦਤ, ਨਹੀਂ ਹੋਰ ਵੀ ਨੇ, ਹੁਣ ਮੈਂ ਇੰਨੀ ਕਿੰਨੀ ਕੁ ਦੱਸੀ ਚੱਲਾਂ, ਇੱਕ ਦੱਸ ਦੇ ਕਿੰਨੀਆਂ ਕੁ ਦੱਸੀ ਚੱਲਾਂ ਹੈ, ਬਾਕੀ ਸੁੱਖ ਦੀ ਮੈਨੂੰ ਚੰਗੀ ਗੱਲ ਸਭ ਤੋਂ ਜ਼ਿਆਦਾ ਇਹ ਲੱਗਦੀ ਹੈ ਵੀ ਯਾਰ ਇਹਨੂੰ ਮੈਂ ਕਿਤੇ ਮਰਜ਼ੀ ਲੈ ਜਾ, ਜੇ ਅਗਰ ਇਹ ਮੇਰੇ ਨਾਲ ਹੈ ਮੈਨੂੰ ਐਂ ਕਹਿੰਦਾ ਵੀ ਇੱਥੇ ਬੈਠ ਜਾ ਕੋਈ ਚੱਕਰ ਵਾਲੀ ਗੱਲ ਨਹੀਂ, ਮੇਰੇ ਜਿੰਨੇ ਮਰਜ਼ੀ ਦੋਸਤ ਬੈਠੇ ਆ, ਜਾਂ ਮਤਲਬ ਕਿ ਕੋਈ ਜਾਂ ਕਿਸੇ ਪਰਿਵਾਰ ਕੋਲ ਚੱਲ ਜਾਂਦੇ ਆ ਵੀ ਉੱਥੇ ਜਾ ਕੇ ਨਹੀਂ, ਇਹ ਨਹੀਂ ਹੈਗਾ ਵੀ ਇੱਕ ਆਪਦਾ ਐਟੀਟਿਊਡ ਜਿਹਾ ਰੱਖਣਾ ਵੀ ਕਿਸੇ ਨੂੰ ਬੁਲਾਉਣਾ ਨਹੀਂ ਹੈਗਾ ਜਾਂ ਕਿਸੇ ਨਾਲ ਗੱਲ ਨਹੀਂ ਕਰਨੀ ਹੈਗੀ, ਉਹ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਇਹ ਨਾਲ ਦੀ ਨਾਲ ਘੁਲ ਮਿਲ ਜਾਂਦੀ ਹੈ, ਨਾਲ ਦੀ ਨਾਲ ਸੰਕਟਣ ਲੱਗ ਜਾਂਦੀ ਹੈ, ਮੈਨੂੰ ਇਹ ਸਭ ਤੋਂ ਵਧੀਆ ਗੱਲ ਲੱਗਦੀ ਹੈ ਜੀ। ਬਾਕੀ ਇਹਨੂੰ ਜਿਵੇਂ ਮੈਂ ਕਹਿ ਦਿੰਦਾ ਇਹ ਸੁਣ ਲੈਂਦੀ ਹੈ ਵੀ ਚਲੋ ਐਂ ਤਾਂ ਥੋੜ੍ਹਾ ਜਿਹਾ ਤਾਂ ਹੁੰਦਾ ਹੀ ਹੈ ਵੀ ਮਸਾਂ ਜਿਹੀ ਸੁਣਦੀਆਂ ਹੁੰਦੀਆਂ ਨੇ ਇਹ, ਪਰ ਉਹ ਸੁਣ ਲੈਂਦੀ ਹੈ। ਇੱਕ ਸਭ ਤੋਂ ਵੱਡੀ ਗੱਲ ਆਉਂਦੀ ਹੈ ਵੀ ਤੁਹਾਡਾ ਸਰਨੇਮ ਕੀ ਹੈ, ਬਹੁਤ ਕਨਫਿਊਜ਼ ਹੁੰਦੇ ਆ, ਸਭ ਤੋਂ ਜ਼ਿਆਦਾ ਕਈ ਵਾਰ ਕਹਿ ਦਿੰਦੇ ਨੇ ਸੁੱਖ ਸੰਘੇੜਾ ਹਰਜੀਤ ਗਿੱਲ, ਨਹੀਂ ਇਹਨਾਂ ਦਾ ਗੋਤ ਹੈਗਾ ਗਿੱਲ, ਹਾਂ ਸੁਖਵੀਰ ਗਿੱਲ, ਮੇਰਾ ਹੈਗਾ ਸੰਘੇੜਾ। ਫਿਰ ਸਾਨੂੰ ਕਈ ਵਾਰ ਮੈਨੂੰ ਇਹ ਵੀ ਮੈਸੇਜ ਆਉਂਦੇ ਬਾਈ ਤੁਸੀਂ ਸੰਘੇੜੇ ਤੋਂ ਬਿਲੋਂਗ ਕਰਦੇ ਹੋ, ਨਹੀਂ ਬਾਈ ਜੀ ਸੰਘੇੜੇ ਤੋਂ ਬਿਲੋਂਗ ਨਹੀਂ ਕਰਦੇ, ਸਾਡਾ ਪੁਰਾਣਾ ਪਿੰਡ ਆ ਸੰਘੇੜਾ, ਮਤਲਬ ਕਿ ਸਾਡੇ ਰਿਲੇਟਿਵਸ ਵਗੈਰਾ ਰਹਿੰਦੇ ਨੇ ਗੇ ਸੰਘੇੜੇ, ਮੇਰਾ ਪੁਰਾਣਾ ਪਿੰਡ ਸੰਘੇੜਾ, ਮਤਲਬ ਕਿ ਦਾਦੇ ਪੜਦਾਦਿਆਂ ਤੋਂ ਪੁਰਾਣਾ ਪਿੰਡ ਸਾਡਾ ਸੰਘੇੜਾ ਸੀ, ਪਹਿਲਾਂ ਇੱਥੇ ਰਹਿੰਦੇ ਸੀ, ਬਾਅਦ 'ਚ ਉੱਧਰ ਸ਼ਿਫਟ ਹੋ ਗਏ ਸੀ, ਅਤੇ ਮੇਰਾ ਹਾਂ ਵੱਡੇ ਬਜ਼ੁਰਗ ਉੱਧਰ ਸ਼ਿਫਟ ਹੋ ਗਏ ਸੀਗੇ, ਅਤੇ ਮੇਰਾ ਸਰਨੇਮ ਸੰਘੇੜਾ, ਇਹਨਾਂ ਦਾ ਗਿੱਲ ਹੈ, ਇਹਨਾਂ ਦੀ ਆਈ ਡੀ ਦੇ ਉੱਪਰ ਗਿੱਲ ਤਾਂ ਚੱਲੀ ਜਾਂਦਾ, ਮੈਨੂੰ ਐਂ ਵੀ ਯਾਰ ਪੁਰਾਣੀ ਆਈ ਡੀ ਬਣੀ ਹੋਈ ਹੈ ਤਾਂ ਗਿੱਲ ਵੱਡ ਚੱਲੀ ਜਾਂਦਾ, ਤਾਂ ਫਿਰ ਮੈਂ ਚੱਲੀ ਜਾਣ ਨੂੰ ਕੋਈ ਦਿੱਕਤ ਨਹੀਂ, ਐਂ ਕੀ ਫਰਕ ਪੈਂਦਾ ਹੁੰਦਾ, ਹੈ ਨਾ, ਇੱਕ ਸਾਰੇ ਐਂ ਪੁੱਛ ਲੈਂਦੇ ਵੀ ਆਹ ਹਰਜੀਤ, ਮੈਨੂੰ ਕਹਿ ਦੇਣਗੇ ਇਹ ਹਰਜੀਤ ਨਹੀਂ ਹੈਗੀ, ਇਹ ਸੁੱਖ ਹੈ,
ਬਾਕੀ ਤੁਸੀਂ ਸਾਨੂੰ ਕਮੈਂਟ ਕਰਕੇ ਦੱਸਿਓ ਅਗਰ ਤੁਹਾਡੇ ਹੋਰ ਵੀ ਸਵਾਲ ਹੈਗੇ ਨੇ ਸਾਡੇ, ਮਤਲਬ ਕਿ ਤੁਹਾਨੂੰ ਹੋਰ ਵੀ ਕੁਛ ਵਿੱਚ ਨਾ ਕੀ ਹੁੰਦਾ ਗਾ। ਇੱਕ ਹੋਰ ਗੱਲ ਹੁੰਦੀ ਹੈ ਕਈ ਵਾਰ ਨਾ, ਜਿਹੜੇ ਬੰਦੇ ਨਵੇਂ ਬਲੌਗ ਦੇਖਦੇ ਆ ਜਾਂ ਨਵੀਂ ਵੀਡੀਓ ਦੇਖਦੇ ਨੇ, ਉਹ ਕਹਿਣਗੇ ਲੈ ਇੰਨੇ ਵਿਹਲੇ ਲੋਕ ਨੇ, ਇਹਨਾਂ ਨੂੰ ਪੁੱਛੀ ਜਾਂਦੇ ਰਹਿੰਦੇ ਨੇ। ਉਹ ਬਈ ਉਹ ਇਹ ਗੱਲ ਨੀ ਹੁੰਦੀ ਯਾਰ, ਉਹ ਸਾਡੇ ਨਾਲ ਜੁੜੇ ਹੋਏ ਸਾਡੀ ਫੈਮਿਲੀ ਦੇ ਮੈਂਬਰ ਨੇ, ਸਾਨੂੰ ਪੁੱਛ ਲੈਂਦੇ ਨੇ, ਸਾਨੂੰ ਮੋਹ ਪਿਆਰ ਕਰਦੇ ਆ, ਸਾਨੂੰ ਪੁੱਛ ਲੈਂਦੇ। ਅਗਰ ਤੁਸੀਂ ਵੀਡੀਓ ਦੇਖਣੀ ਆ ਤਾਂ ਦੇਖ ਲਓ, ਨਹੀਂ ਦੇਖਣੀ ਤੁਸੀਂ ਅੱਗੇ ਸਕਿਪ ਕਰ ਦਿਓ, ਅੱਗੇ ਲੰਘ ਜਾਓ ਯਾਰ, ਇਹ ਚ ਕੀ ਵੱਡੀ ਗੱਲ ਆ ਹਨਾ। ਪਰ ਗੱਲ ਇਹ ਆ ਵੀ ਕਿਸੇ ਨੂੰ ਐਂ ਨਾ ਕਿਹਾ ਕਰੋ ਵੀ ਯਾਰ ਇਹ ਕੀ ਗੱਲ ਆ, ਦੇਖੋ ਵੀ ਇਹ ਏਦਾਂ ਨਾ ਕਰਿਆ ਕਰਨਾ, ਚੱਲਦੇ ਰਹਿੰਦਾ ਹੁੰਦਾ, ਚਲੋ ਕੋਈ ਚੱਕਰ ਨਹੀਂ। ਬਾਕੀ ਜੇ ਤੁਹਾਡੇ ਹੋਰ ਵੀ ਕੋਈ ਸਵਾਲ ਨੇ ਤੁਸੀਂ ਸਾਨੂੰ, ਮਤਲਬ ਸਵਾਲਾਂ ਦੇ, ਮਤਲਬ ਸਵਾਲ ਸਾਨੂੰ ਪੁੱਛ ਸਕਦੇ ਹੋ ਤੁਸੀਂ ਨੀਚੇ, ਠੀਕ ਆ। ਹੋਰ ਵੀ ਆਪਾਂ ਕੋਸ਼ਿਸ਼ ਕਰਾਂਗੇ ਅੱਗੇ ਵੀ ਤੁਹਾਡੇ ਹੋਰ ਸਵਾਲਾਂ ਦੇ ਜਵਾਬ ਦੇ ਸਕੀਏ। ਤੇ ਬਾਕੀ ਤੁਸੀਂ ਸਾਨੂੰ ਕਮੈਂਟ ਕਰਕੇ ਹੋਰ ਦੱਸਿਓ ਵੀ ਤੁਹਾਨੂੰ, ਮਤਲਬ ਕਿ ਤੁਹਾਡੀ ਇਹ ਵੀਡੀਓ ਕਿਵੇਂ ਲੱਗੀ। ਅਸੀਂ ਤੁਹਾਡੇ ਸਾਰੇ ਜਵਾਬ, ਮਤਲਬ ਸਵਾਲਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਬਾਕੀ ਅਗਰ ਤੁਸੀਂ ਸਾਡੀ, ਮਤਲਬ ਤੁਸੀਂ ਲਵ ਮੈਰਿਜ ਬਾਰੇ ਕੁਛ ਹੋਰ ਤੁਹਾਡੇ ਕੋਲ ਸਵਾਲ ਨੇ ਪੁੱਛਣਾ ਚਾਹੁੰਦੇ ਹੋ, ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ। ਤੁਹਾਨੂੰ ਕੋਈ ਕਿਤੇ ਮੈਨੂੰ ਪਸੰਦ ਨਹੀਂ ਆਇਆ, ਬਸ ਬਸ ਰਹਿਣ ਦੋ ਦੱਸ ਦਾਂਗੇ ਸਾਰਾ ਕੁਝ ਅਗਲੀ ਵੀਡੀਓ ਦੇ ਵਿੱਚ। ਬਾਕੀ ਜਦ ਤੱਕ, ਜੇ ਉਦੋਂ ਤੱਕ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਫੇਸਬੁੱਕ ਦੇ ਉੱਤੇ ਫੋਲੋ ਨਹੀਂ ਕੀਤਾ ਹੋਇਆ, ਤੁਸੀਂ ਉਹਨੂੰ ਫੋਲੋ ਵੀ ਕਰ ਲਓ ਤੇ ਸਬਸਕ੍ਰਾਈਬ ਵੀ ਕਰ ਲਓ। ਤੁਸੀਂ ਸਾਨੂੰ ਬਹੁਤ ਪਿਆਰ ਦੇ ਰਹੇ ਹੋ, ਯੂਟਿਊਬ ਤੇ ਵੀ ਬਹੁਤ ਪਿਆਰ ਦੇ ਰਹੇ ਹੋ, ਫੇਸਬੁੱਕ ਤੇ ਬਹੁਤ ਜ਼ਿਆਦਾ ਦੇ ਰਹੇ ਹੋ। ਤੇ ਜਿਹੜੇ ਫੇਸਬੁੱਕ ਵਾਲੀ ਫੈਮਿਲੀ ਆਪਣੀ ਯੂਟਿਊਬ ਤੇ ਜਾਓ ਸਾਰੀ ਗਣੀ ਵੀ ਗਰੋ ਕਰੀਏ ਛੇਤੀ ਛੇਤੀ, ਹੈ ਨਾ, ਛੇਤੀ ਛੇਤੀ, ਹੈ ਨਾ। ਤੇ ਸਾਡੇ ਬਲੌਗ ਨੇ ਜਿਹੜੇ ਮੇਨ, ਮਤਲਬ ਕਿ ਉਹ ਯੂਟਿਊਬ ਤੇ ਆਇਆ ਕਰਨਗੇ, ਕਿਉਂਕਿ ਫੇਸਬੁੱਕ ਦੇ ਉੱਤੇ ਆਪਣੇ ਰੀਲਸ ਦਾ ਜ਼ਿਆਦਾ ਹੈਗਾ ਮਤਲਬ, ਤੇ ਤਾਂ ਕਰਕੇ ਤੁਸੀਂ ਸਾਰੇ ਜਣੇ ਫੇਸਬੁੱਕ ਵਾਲੇ ਯੂਟਿਊਬ ਤੇ ਸ਼ਿਫਟ ਹੋ ਜਾਓ ਜਲਦੀ ਜਲਦੀ ਜਾ ਕੇ। ਤੇ ਬਾਕੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮਿਲਦੇ ਹਾਂ ਆਪਾਂ ਅਗਲੇ ਨੈਕਸਟ ਬਲੌਗ ਦੇ ਵਿੱਚ।